ਕੁਛ ਬਹੁਤ ਕੁਛ ਸੁਣਿਆ ਮੈਂ, ਡੇਢ ਸਾਲ ਹੋ ਗਿਆ ਨਾ। ਤੁਹਾਨੂੰ ਪਤਾ ਨੀ ਤੁਹਾਡੇ ਲਈ ਇਹ ਸਿੱਧੂ ਮੂਸੇਵਾਲਾ ਨਾ, ਸਾਡੇ ਲਈ ਇਹ ਭਰਾ ਸਿੱਧੂ ਹੈ ਆਪਣਾ। ਸਾਡੇ ਲਈ ਸਿੱਧੂ ਮੂਸੇਵਾਲਾ ਹੋ ਹੀ ਨੀ ਸਕਦਾ, ਹੈਨਾ। ਠੀਕ ਆ, ਆਪਾਂ ਬਹੁਤ ਰਿਸਪੈਕਟ ਕਰਦੇ ਹਾਂ ਤੇ ਕਰੀਕਰ ਆਓਗੇ ਬਹੁਤ, ਜਿੰਨਾ ਚਿਕਰ ਮੈਂ ਜੋੜਨਾ ਮੈਂ ਰਿਸਪੈਕਟ ਹੀ ਕਰਨੀ ਹੈ ਬਾਈ ਦੀ। ਆਓਵੇਸ ਫੋਰਐਵਰ, ਜਿੱਥੇ ਮੈਂ ਜ਼ਿਕਰ ਕਰ ਸਕਦਾ ਬਾਈ ਦਾ ਮੈਂ ਕਰੂੰਗਾ, ਜ਼ਿਕਰ ਕਰ ਸਕਦਾ ਮੈਂ ਕਰੂੰਗਾ। ਇਹ ਸਾਡਾ ਫਰਜ਼ ਬਣਦਾ ਇੰਨਾ ਕਰੀਏ, ਹੈਨਾ। ਜਾਂ ਅਸੀਂ ਨਹੀਂ ਕਰਨੇ ਬਹੁਤ, ਕੌਣ ਕਰੂਗਾ ਹੁਣ? ਤੁਸੀਂ ਮੈਨੂੰ ਦੱਸੋ, ਸਾਰਿਆਂ ਨੇ ਮੈਨੂੰ 99% ਤੋਂ ਵੱਧ ਮੈਨੂੰ ਪਿਆਰ ਮਿਲਦਾ, ਜਿਹੜੇ ਮੈਨੂੰ ਉੱਥੇ ਮਿਲਦੇ ਆ ਨਾ ਬ੍ਰੈਂਪਟਨ 'ਚ, ਜਿੱਥੇ ਮਰਜ਼ੀ ਮੈਨੂੰ ਮਿਲਦੇ ਆ, ਮੈਨੂੰ ਗਲੇ ਲਾ ਕੇ ਮਿਲਦੇ ਆ ਕਿ ਬਾਈ ਬਹੁਤ ਮਾੜਾ ਹੋਇਆ। ਤੇ ਮੈਨੂੰ ਕੁਛ ਕਹਿਣ ਨੂੰ ਹੈ ਹੀ ਨਹੀਂ ਹੁਣ, ਕਹਾਂ ਕੀ? ਤੁਸੀਂ ਦੱਸੋ ਕੀ ਕਹਿ ਸਕਦਾ ਬੰਦਾ? ਇੱਕ ਦਿਨ ਅਸੀਂ ਸੌਂਗੇ, ਸਾਰਾ ਕੁਛ ਵਧੀਆ ਚੱਲੀ ਜਾਂਦਾ, ਟੂਰ ਦੀ ਪਲੈਨਿੰਗ ਚੱਲੀ ਜਾਂਦੀ ਆ, ਸਾਰਾ ਕੁਛ ਬਹੁਤ ਵਧੀਆ ਚੱਲ ਰਿਹਾ, ਤੇ ਸਵੇਰੇ ਉੱਠਦੇ ਤੁਹਾਡੀ ਪੂਰੀ ਲਾਈਫ ਚੇਂਜ ਹੋ ਜਾਂਦੀ ਹੈ ਨਾ। ਬੜਾ ਸੌਖਾ ਕਮੈਂਟ ਕਰਨਾ ਯਾਰ, ਬਹੁਤ ਸੌਖਾ ਕਿ ਬਾਈ ਤੂੰ ਆਹ ਭਾਲਦਾ ਉਹ ਭਾਲਦਾ। ਤੁਹਾਨੂੰ ਕੀ ਲੱਗਦਾ ਕਿ ਬਾਈ ਮੈਨੂੰ ਫੋਲੋ ਕਰਦਾ ਕਿ ਮੈਂ ਅੱਗੇ ਨਾ ਵਧਾ? ਮੈਨੂੰ ਟੂਰ ਤੇ ਨਾਂ ਲੈ ਕੇ ਚੱਲਿਆ, ਮੇਰਾ ਬਾਈ ਦੇ ਪੇਜ ਤੇ ਜਾਓ, ਤੁਸੀਂ ਪੋਸਟਰ ਦੇਖੋ ਬਾਈ ਨੇ ਜਿਹੜਾ ਪਾਇਆ, ਅੱਧੀ ਸ਼ਕਲ ਉਹਦੀ ਅੱਧੀ ਸ਼ਕਲ ਮੇਰੀ ਆ। ਤੇ ਤੁਸੀਂ ਕੀ ਚਾਹੁੰਦੇ ਹੋ? ਮੇਰੇ ਲਈ ਚੰਗਾ ਨਹੀਂ ਚਾਹੁੰਦਾ ਸੀ ਬ੍ਰੋ, ਮੇਰੇ ਲਈ ਬਹੁਤ ਕੁਛ ਚਾਹੁੰਦਾ ਸੀ ਉਹ, ਮੈਂ ਵੀ ਉਹਦੇ ਲਈ ਬਹੁਤ ਕੁਛ ਚਾਹੁੰਦਾ ਸੀ, ਬਹੁਤ ਕੁਛ ਪਲੈਨਿੰਗ ਕੀਤੀ ਸੀ ਇਕੱਠੇ ਨੇ, ਬਹੁਤ ਕੁਛ ਕੀਤਾ ਸੀ, ਤੁਹਾਨੂੰ ਦੱਸ ਨਹੀਂ ਸਕਦਾ ਮੈਂ। ਮੈਂ ਇੱਥੇ ਸਫਾਈਆਂ ਨਹੀਂ ਦੇਣ ਆਇਆ, ਮੈਂ ਕਿਸੇ ਨੂੰ ਨਹੀਂ ਸਫਾਈਆਂ ਦੇਣੀਆਂ। ਅਰੋ ਉਹਨੂੰ ਬੜੀ ਨਥਿੰਗ ਬ੍ਰੋ, ਸ਼ੁਰੂ ਤੋਂ ਲੈ ਕੇ 2017 ਤੋਂ ਜਦੋਂ ਮੈਂ ਬਾਈ ਨੂੰ ਮਿਲਿਆ, ਮੈਂ ਬਸ ਇੰਨਾ ਚਾਹਿਆ ਕਿ ਬਾਈ ਅੱਗੇ ਜਾਵੇ। ਹਾਂ, ਅਸੀਂ ਨਾਲ ਹੋਈਏ ਬਾਈ ਦੇ, ਕਿਉਂ ਨਾ ਅਸੀਂ ਨਾਲ ਹੋਈਏ? ਅਸੀਂ ਇੰਨੀ ਮਿਹਨਤ ਕੀਤੀ, ਦਿਨ ਰਾਤ ਮਿਹਨਤ ਕੀਤੀ ਆ, ਅਸੀਂ ਹੁਣ ਨਹੀਂ ਕਿ 2023 ਤੋਂ ਬਾਈ ਤੋਂ ਨਾਲ ਜੁੜੇ ਹਾਂ, ਬਹੁਤ ਚਿਰ ਦੇ ਬਾਈ ਦੇ ਨਾਲ ਜੁੜੇ ਹਾਂ ਅਸੀਂ, ਬਹੁਤ ਚਿਰ ਦੇ, ਜਦੋਂ ਬਾਈ ਨੂੰ ਕੋਈ ਜਾਣਦਾ ਵੀ ਨਹੀਂ ਸੀ ਨਾ, ਅਸੀਂ ਉਦੋਂ ਤਾਂ ਜਾਣਦੇ ਹਾਂ ਬਾਈ ਨੂੰ। ਮੈਂ ਉਹਨਾਂ 'ਚੋਂ ਹਾਂ ਅਤੇ ਮੈਂ ਇਕੱਲਾ ਹੀ ਹਾਂ, ਮੈਂ ਇਕੱਲਾ ਖੜਾ ਹੁਣ। ਜਿਹੜੇ ਇੱਥੇ 20 ਵਾਲੇ 30 ਵਾਲੇ ਮੇਰੇ ਸਟੂਡੀਓ ਦੇ ਬਾਹਰ ਖੜੇ ਹੁੰਦੇ ਸੀ ਨਾ ਕਿ ਬਾਈ ਅਸੀਂ ਸਟੂਡੀਓ ਆਉਣਾ, ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਸਿੱਧੂ ਨੂੰ ਜਾਣਦਾ। ਉਹ ਅੱਜ ਮੇਰਾ ਆਹੀ ਸਟੂਡੀਓ ਖਾਲੀ ਆ, ਆਹ ਭਰਾ ਬੈਠਾ ਆਪਣਾ ਗੁਰੀ, ਕਿੱਦਾਂ? ਸਤਿ ਸ਼੍ਰੀ ਅਕਾਲ ਦੇਖੋ ਜੀ, ਠੀਕ ਆ ਭਰਾ ਆਪਣਾ? ਇੱਕ ਇੱਥੇ ਭਰਾ ਹੋਰ ਬੈਠਾ, 30-40 ਜਾਣੇ ਹੁੰਦੇ ਸੀਗੇ ਕਿ ਭਰਾ ਸਟੂਡੀਓ ਕਿਤੇ ਆਉਣਾ, ਸਟੂਡੀਓ ਕਿਤੇ ਆਉਣਾ। ਉਹਨੂੰ ਲੱਗਦਾ ਕਿ ਸਿੱਧੂ ਆਉਣਾ ਕਿਹਾ, ਤਾਂ ਕਰਕੇ ਮੈਂ ਬਹੁਤ ਕੁਛ ਸਿੱਖਿਆ, ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਇਕੱਲੀ ਇਕੱਲੀ ਗੱਲ ਨਹੀਂ ਦੱਸ ਸਕਦਾ। ਮੇਰੇ ਪਰਿਵਾਰ ਨੂੰ ਪਤਾ ਮੈਂ ਕੌਣ ਆ, ਮੇਰੇ ਭੈਣ ਭਰਾਵਾਂ ਨੂੰ ਜਿਹੜੇ ਮੈਨੂੰ ਦੇਖ ਰਹੇ ਆ ਨਾ, ਇੱਥੇ 6,000 ਬੰਦੇ, 10,000 ਬੰਦੇ ਦੇਖ ਰਹੇ ਆ, ਉਹਨਾਂ ਨੂੰ ਪਤਾ ਮੈਂ ਕੌਣ ਆ ਯਾਰ। ਬੜਾ ਹੀ ਸੌਖੇ ਤਰੀਕੇ ਨਾਲ ਤੁਸੀਂ ਤਾਂ ਬਸ ਇੱਦਾਂ ਬਹਿ ਕੇ ਕਰ ਦਿੰਦੇ ਹੋ ਤੇ ਤੁਹਾਨੂੰ ਲੱਗਦਾ ਇੱਥੇ ਬੰਦੇ ਦਾ ਅਸਰ ਨਹੀਂ ਹੁੰਦਾ, ਪਰ ਬਹੁਤ ਤੁਸੀਂ ਮੈਨੂੰ ਕਿਤੇ ਨਹੀਂ ਹਰਾ ਸਕਦੇ। ਬਾਈ ਗਿਆ, ਆਹ ਬੈਠੋ, ਆਹ ਬੈਠਾ ਮੈਂ, ਆਹ ਖੜਾ, ਸੋਰੀ ਬੈਠਾ ਨਹੀਂ ਖੜਾ ਮੈਂ, ਆਹ 1.5 ਸਾਲ ਬਾਅਦ ਚ ਮੈਂ ਹੁਣ ਸਮਾਈਲ ਕਰਦਾ ਤੁਹਾਡੇ ਸਾਹਮਣੇ। ਜਿੰਨੀਆਂ ਰਾਤਾਂ ਮੈਂ ਰੋਇਆ, ਮੈਨੂੰ ਪਤਾ ਮੇਰੇ ਨਾਲ ਕੀ ਹੋਇਆ, ਮੈਂ ਤੁਹਾਨੂੰ ਕੀ ਦੱਸਾਂ ਯੋ, ਮੈਂ ਤੁਹਾਨੂੰ ਕੀ ਦੱਸਾਂ? ਮੇਰੇ ਭੈਣ ਭਰਾ ਸਮਝੇ ਸਾਡੇ ਦਰਦ ਨੂੰ, ਸਮਝੇ ਮੇਰੇ ਭੈਣ ਭਰਾ, ਯੂ ਸ਼ੋ ਮੀ, ਤਾਂ ਕਰਕੇ ਖੁਸ਼ੀ ਆ, ਤਾਂ ਕਰਕੇ ਮੈਂ ਪੋਸਟ ਪਾਉਂਦਾ ਮੇਰੇ ਭਰਾ ਲਈ। ਡੋਂਟ ਟੈਲ ਮੀ ਮੈਨ, ਡੋਂਟ ਟੈਲ ਮੀ ਹੂ ਆਈ ਐਮ, ਆਈ ਨੋ ਹੂ ਆਈ ਐਮ ਐਂਡ ਆਈ ਨੋ ਹੂ ਆਈ ਐਮ ਗੋਇੰਗ ਟੂ ਆਲਵੇਜ਼ ਬੀ, ਫਰਮ ਮਾਈ ਫੈਮਿਲੀ, ਫਰਮ ਮਾਈ ਬ੍ਰਦਰ ਬ੍ਰੋ, ਯੂ ਗਾਇਜ਼ ਡੋਂਟ ਨੋ, ਯੋ ਪੁੱਟ ਦ ਸੌਂਗ ਔਨ ਬ੍ਰੋ। ਮੈਨੂੰ ਤੰਗੀ ਨਹੀਂ ਕੋਈ ਗੱਲ ਕਿਸੇ ਗੱਲ 'ਤੇ, ਹੈ ਮੈਨੂੰ ਵਧੀਆ ਲੱਗਦਾ, ਤੁਸੀਂ ਮੈਨੂੰ ਮਾੜਾ ਕਹਿਣਾ ਚੰਗਾ ਕਹਿਣਾ ਮੈਨੂੰ ਕੋਈ ਫਰਕ ਨਹੀਂ, ਮੈਨੂੰ ਪਤਾ ਮੈਨੂੰ ਕਿੰਨੇ ਲੋਕ ਪਿਆਰ ਕਰਦੇ ਹੈ ਨਾ, ਮੈਂ ਉਹਨਾਂ ਨਾਲ ਵਰਤ ਲੂੰਗਾ, ਮੈਨੂੰ ਕੋਈ ਲੈਣ ਦੇਣ ਨਹੀਂ ਆ ਬਾਕੀ ਚੀਜ਼ਾਂ ਨਾਲ। ਮੈਨੂੰ ਲੋਕ ਕਹਿੰਦੇ ਕਿ ਮੈਂ ਫੇਮ ਕਰਕੇ ਕਰਦਾ, ਮੈਂ ਫੇਮ ਲੈ ਕੇ ਕਿੱਥੇ ਜਾਣਾ, ਮੈਂ ਆਹ ਫੇਮ ਸਾਰਾ ਕੁਛ ਕਰਕੇ ਮੈਂ ਕਿੱਥੇ ਜਾਣਾ? ਮੈਂ ਉਹੀ ਹਾਂ ਜਦੋਂ ਮੇਰੇ ਅਤੇ ਬਾਈ ਦਾ ਸੇਮ ਦਿਨ ਗਾਣਾ ਹੁੰਦਾ ਸੀ ਨਾ, ਮੈਂ ਬਾਈ ਦਾ ਪਹਿਲਾਂ ਸ਼ੇਅਰ ਕਰਦਾ ਸੀ, ਤਾਂ ਮੈਂ ਕਰਦਾ ਰਹੂੰਗਾ, ਮੈਂ ਕਰਦਾ ਰਹਿਣਾ ਬ੍ਰੋ।
ਉਹ ਮੇਰੇ ਲਈ ਮੂਸੇ ਵਾਲਾ ਹੈ ਹੀ ਨੀ ਬ੍ਰੋ, ਉਹ ਸਿੱਧੂ ਆ ਬਸ ਦੱਸੇ। ਛੋਟਾ ਭਰਾ ਮੈਂ ਵੀ ਸਿੱਧੂ ਆ, ਸਣੀ ਮੱਟ ਵੀ ਸਣੀ ਸਿੱਧੂ ਹੀ ਆ, ਸਿੰਘ ਵਾਲਾ ਮੇਰਾ ਪੈਂਟ ਆ, ਮਾੜੀ ਚੱਟ ਦੀ ਹੈਂਟ ਆ, ਤੁਹਾਨੂੰ ਪਤਾ ਹੀ ਆ। ਜੇ ਤੁਹਾਨੂੰ ਪਹਿਲੋਂ ਨੀ ਸੀ ਪਤਾ, ਹੁਣ ਤਾਂ ਤੈਨੂੰ ਫੇਰ ਦੁਬਾਰਾ ਦੱਸਦਾ ਬ੍ਰੋ, ਜਿੰਨਾ ਮੀ ਬ੍ਰੋ ਤੁਹਾਨੂੰ ਪਤਾ ਨੀ। ਮੈਂ ਚੁੱਪ ਬੈਠਾ ਲੋਕੀ ਆ ਕਿ ਬਸ ਹਾਂ ਬਾ, ਕੁਛ ਵੀ ਕਰ ਦੀ, ਕੁਛ ਵੀ ਕਹਿ ਦੀ ਇਹਨੂੰ। ਮੇਰਾ ਅੱਜ ਬਾਵੇ ਵੀਰੇ ਨਾਲ ਗਾਣਾ ਆਇਆ, ਬਹੁਤ ਸੋਹਣਾ ਗਾਣਾ ਆਇਆ। ਲੋਕੀ ਕਮੈਂਟ ਮਾਰੀ ਜਾਂਦੇ ਕਿ ਬਾਈ ਇਹ ਉਹ ਜੋ ਕੀ ਕਮੈਂਟ ਕੀ ਆ, ਤੁਸੀਂ ਗਾਣਾ ਸੁਣੋ, ਅੱਜ ਤੁਰਦੇ ਬਣੋ ਚੀਜ਼ ਹੈਗੇ ਹੋ, ਕਮੈਂਟਾਂ ਚ ਕੀ ਪਿਆ ਜੇ ਕੁਛ। ਡੇਢ ਸਾਲ ਦੇ ਵਿੱਚ ਮੈਂ ਦੋ ਗਾਣੇ ਕੱਢੇ ਆ, ਦੋ ਗਾਣੇ ਜਿਹੜੇ ਫੀਚਰਿੰਗ ਦੇ ਆ। ਇੰਨੇ ਮੈਨੂੰ ਮੈਸੇਜ ਆ ਰਹੇ ਆ ਸਾਰੇ ਭਰਾਵਾਂ ਤੋਂ, ਜਿਹੜੇ ਇੰਡਸਟਰੀ ਚ ਜਿਹੜੇ ਵੀ ਹੈਗੇ ਆ, ਮੈਨੂੰ ਮੈਸੇਜ ਕਰੀ ਜਾਂਦੇ ਕਿ ਬਾਈ ਗਾਣਾ ਕਰਨਾ। ਮੈਂ ਦੋ ਕੀਤਾ, ਇੱਕ ਪਰਮੇਸ਼ ਵਰਮਾ ਵੀ ਇਹਦੇ ਨਾਲ ਕੀਤਾ ਕਿ ਮੈਨੂੰ ਗਾਣਾ ਇੰਨਾ ਪਸੰਦ ਆ, ਤੇ ਇੱਕ ਪਰਮੇਸ਼ ਵਰਮਾ ਉਹਨੇ ਮੈਨੂੰ ਇੰਨੀ ਵਾਰੀ ਮੈਸੇਜ ਕੀਤਾ ਨੀ ਜੋ ਬਾਈ ਗਿਆ, ਮੈਨੂੰ ਇੰਨੀ ਰਿਸਪੈਕਟ ਸ਼ੋਅ ਕੀਤੀ ਹੈ, ਤਾਂ ਮੈਂ ਬੰਦੇ ਦਾ ਮਾਣ ਕਿਉਂ ਨਾ ਕਰਾਂ ਯਾਰ, ਕਿਉਂ ਨਾ ਰਿਸਪੈਕਟ ਕਰਾਂ। ਵਾਏ ਮੈਂ ਕਿਸੇ ਨੂੰ ਪੁੱਛ ਕੇ ਕਰਨਾ, ਉਹਨੇ ਸਿੱਧੂ ਦੀ ਇੰਨੀ ਸਪੋਰਟ ਕੀਤੀ, ਕਿਉਂ ਨਾ ਕਰੀਏ ਬੋ, ਅਸੀਂ ਕਰੂੰਗਾ ਗਾਣਾ। ਬਾਵੇ ਵੀਰੇ ਦਾ ਮੈਨੂੰ ਮੈਸੇਜ ਆਇਆ, ਬਹੁਤ ਰਿਸਪੈਕਟ ਸ਼ੋਅ ਕੀਤੀ, ਮੈਂ ਵੀ ਰਿਸਪੈਕਟ ਸ਼ੋਅ ਕੀਤੀ, ਤਾਂ ਕਰਕੇ ਗਾਣੇ ਕਰਦੇ ਅਸੀਂ। ਜੇ ਮੈਂ ਫੇਮ ਭਾਲਦਾ, ਮੈਂ ਨਿੱਤ ਕੋਈ ਗਾਣਾ ਕੱਢਾਂ ਕਿਸੇ ਤੇ ਕਿਸੇ ਨਾਲ। ਸ਼ੋਅ ਮੈਂ 8 ਮਹੀਨੇ 9 ਮਹੀਨੇ ਚੁੱਪ ਰਿਹਾ, ਮੈਂ ਕੋਈ ਸ਼ੋਅ ਨੀ ਲਾਇਆ। ਜਿਹੜੇ ਮੈਨੂੰ ਲੋਕੀ $5,000 ਮੈਨੂੰ ਸ਼ੋਅ ਦੇ ਨੀ ਦਿੰਦੇ ਸੀ ਨਾ, ਮੈਨੂੰ ਆਖ ਕੇ 20,000 ਦਿੰਦੇ ਤੂੰ ਸ਼ੋਅ ਤੇ ਆ ਜਾ, ਹੁਣ ਮੈਂ 20,000 ਤੇ ਕਿਵੇਂ ਬਣ ਗਿਆ ਬ੍ਰੋ, ਜਿਹੜੇ ਤੁਸੀਂ ਪੁੱਛਦੇ ਵੀ ਨੀ ਸੀ ਉਹਨੂੰ। ਫਿਰ ਮੈਂ ਨੀ ਤੇਜ਼, ਦੁਨੀਆਂ ਤੇਜ਼ ਆ, ਜੇ ਮੈਂ ਤੇਜ਼ ਹੁੰਦਾ ਨਾ ਮੈਂ ਪਤਾ ਕਿੱਥੇ ਬੈਠਾ ਹੁੰਦਾ। ਇੱਥੇ ਆਹ ਨੀ ਵਰਤਦਾ ਮੈਂ, ਆਹੀ ਵਰਤਿਆ ਅੱਜ ਤੱਕ, ਆਹੀ ਵਰਤਿਆ, ਤਾਂ ਕੁਛ ਤਾਂ ਮੈਂ ਕਮਾਈ ਆ ਬਾਈ ਦੀ ਯਾਰੀ ਬ੍ਰੋ, ਤਾਂ ਕਰਕੇ ਦੁਨੀਆਂ ਜਾਣਦੀ ਹੈ, ਤਾਂ ਕਰਕੇ ਮੈਨੂੰ ਲੋਕੀ ਰਿਸਪੈਕਟ ਸ਼ੋਅ ਕਰਦੇ, ਕਿਉਂਕਿ ਮੈਂ ਬਾਈ ਨਾਲ ਯਾਰੀ ਇੰਨੀ ਕਮਾ ਲਈ ਬ੍ਰੋ। ਯਾਰੀ ਤੋਂ ਵੱਧ ਵੀ ਭਰਾਵਾਂ ਦਾ ਪਿਆਰ ਆ ਸਾਡਾ ਇੱਕ ਦੂਜੇ ਨਾਲ। ਮੈਂ ਹੁਣ ਦੁਨੀਆਂ ਨੂੰ ਸਫਾਈਆਂ ਦੇਵਾਂ ਤੁਹਾਡੇ ਕਰਕੇ ਨਾ ਬੋ, ਜਿਹੜੇ ਤੁਸੀਂ ਦੇਖ ਰਹੇ ਨੀ ਤੁਹਾਡੇ ਕਰਕੇ, ਤੁਸੀਂ ਤਾਂ ਮੇਰੇ ਭੈਣ ਭਰਾ, ਪਰ ਜਿਹੜੇ ਬਾਕੀ ਨੇ ਚਵਲਾਈ ਮਾਰਦੇ ਰਹਿੰਦੇ ਉਹਨਾਂ ਲਈ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।